ਸਸਿਕਾਲ ਜੀ, ਸਵਾਗਤ ਹੈ ਕਿੱਤਾ ਖੇਤੀਬਾੜੀ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਬੋਤਾ ਟਰੈਕਟਰ ਦੇ ਬਾਰੇ, ਜਿਹੜਾ ਕਿ ਇੰਡੀਆ ਦੇ ਵਿੱਚ ਵੀ ਆ ਗਿਆ। ਇਹ ਟਰੈਕਟਰ 9540 ਟਰੈਕਟਰ ਆ ਤੇ ਇਹ ਆਪਣੇ ਫਾਰਮ ਦਾ ਸਭ ਤੋਂ ਛੋਟਾ ਟਰੈਕਟਰ ਆ, ਪਰ ਇਹ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਇਹ 70 ਹਾਰਸ ਪਾਵਰ ਟਰੈਕਟਰ ਆ। ਤੇ ਆਪਾਂ ਤੁਹਾਨੂੰ ਇਹਦੇ ਬਾਰੇ ਸਾਰੇ ਫੀਚਰ ਦੱਸਾਂਗੇ, ਸਾਰਾ ਕੁਛ ਦੱਸਾਂਗੇ ਕਿ ਕਿੰਨਾ ਇਹਦਾ ਪ੍ਰਾਈਜ਼ ਆ, ਕੀ ਹਿਸਾਬ ਆ, ਕੀ ਕਿਤਾਬ ਆ ਇਹਦਾ, ਸਾਰਾ ਕੁਛ ਤੁਹਾਨੂੰ ਦੱਸਾਂਗੇ। ਤੁਸੀਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਸੋ ਆਜੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਇਹ 70 ਹਾਰਸ ਪਾਵਰ ਟਰੈਕਟਰ ਆ ਤੇ ਕੈਬਨ ਦੇ ਵਿੱਚ ਆਉਂਦਾ। ਇਹ ਬਿਨਾਂ ਕੈਬਨ ਤੋਂ ਵੀ ਆਉਂਦਾ, ਪਰ ਆਪਾਂ ਨੂੰ ਕੈਬਨ ਵਾਲਾ ਚਾਹੀਦਾ ਹੁੰਦਾ ਡੇਅਰੀ ਦੇ ਵਿੱਚ, ਤਾਂ ਕਰਕੇ ਆਪਾਂ ਇਹ ਕੈਬਨ ਵਾਲਾ ਰੱਖਿਆ ਹੋਇਆ। ਜੇ ਆਪਾਂ ਗੱਲ ਕਰੀਏ ਇਹਦੇ ਟਾਇਰਾਂ ਦੇ ਸਾਈਜ਼ ਦੀ, ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਹਦੇ ਮੂਹਰਲੇ ਟਾਇਰਾਂ ਦਾ ਸਾਈਜ਼, ਤੇ ਨਾਲ ਹੀ ਮੈਂ ਤੁਹਾਨੂੰ ਹੁਣ ਦਿਖਾ ਦਿੰਦਾ ਇਹਦੇ ਮਗਰਲੇ ਟਾਇਰਾਂ ਦਾ ਸਾਈਜ਼। ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੇ ਮਗਰਲੇ ਟਾਇਰਾਂ ਦਾ ਸਾਈਜ਼ ਕਿੰਨਾ। ਤੇ ਆਪਾਂ ਤੁਹਾਨੂੰ ਅੰਦਰੋਂ ਦਿਖਾਉਣੇ ਆ ਟਰੈਕਟਰ ਕੈਬਿਨ ਦੇ ਵਿੱਚੋਂ ਕਿ ਕਿਵੇਂ ਆ। ਇਹ ਟਰੈਕਟਰ ਦੇ ਇੱਕੋ ਹੀ ਸੀਟ ਆ ਕੈਬਨ ਦੇ ਵਿੱਚ, ਕੋਈ ਜ਼ਿਆਦਾ ਮਤਲਬ ਜੇ ਕਿਸੇ ਨੇ ਨਾਲ ਬਹਿਣਾ ਹੋਵੇ ਤਾਂ ਕੋਈ ਤੁਹਾਡੇ ਨਾਲ ਨਹੀਂ ਬੈਠ ਸਕਦਾ। ਤੇ ਜੇ ਆਪਾਂ ਇਹਦੇ ਗੇਅਰ ਸਿਸਟਮ ਦੀ ਗੱਲ ਕਰੀਏ ਤਾਂ ਇਹ ਟਰੈਕਟਰ ਦੇ 6 ਗੇਅਰ ਨੇ, ਜਿਨ੍ਹਾਂ ਦੇ ਵਿੱਚ ਇਹ ਅੱਗੇ ਵੀ 19 ਸਪੀਡ ਤੇ ਜਾਂਦਾ ਤੇ ਪਿੱਛੇ ਵੀ 19 ਸਪੀਡ ਤੇ ਜਾਂਦਾ। ਤੇ ਆਹ ਜਿਹੜੇ ਇਹਦੇ ਦੂਜੇ ਲੀਵਰ ਨੇ, ਇਹ ਆਪਣੇ ਹਾਈਡ੍ਰੋਲਿਕ ਲੀਵਰ ਨੇ, ਜਿਹੜੇ ਕਿ ਆਪਾਂ ਜਿਵੇਂ ਲੈਫਟ ਵਾਲੀ ਟਰਾਲੀ ਦੇ ਲਈ ਵਰਤਦੇ ਹਾਂ, ਇਹ ਉਸ ਚੀਜ਼ ਲਈ ਨੇ। ਇਹ ਤੋਂ ਇਲਾਵਾ ਜੇ ਗੱਲ ਕਰੀਏ ਆਪਾਂ ਪੀਟੀਓ ਵਾਲੀ ਸਵਿੱਚ ਦੀ, ਤਾਂ ਤੁਸੀਂ ਪੀਟੀਓ ਵਾਲੀ ਸਵਿੱਚ ਦੇਖ ਸਕਦੇ ਆ, ਇਹਦੇ ਤੋਂ ਆਪਾਂ ਪੀਟੀਓ ਆਨ ਕਰ ਸਕਦੇ ਆ। ਤੇ ਆ ਇਹਦਾ ਲੈਫਟ ਪੁਆਇੰਟ ਆ ਗਿਆ, ਇਹਦੇ ਨਾਲ ਤੁਸੀਂ ਆਪਣੀ ਲੈਫਟ ਬੰਨ ਸਕਦੇ ਆ ਜਿੱਥੇ ਵੀ ਬੰਨਣੀ ਚਾਹੁੰਦੇ ਆ। ਤੇ ਜੇ ਗੱਲ ਕਰੀਏ ਆਪਾਂ ਲੀਵਰ ਦੀ, ਤਾਂ ਫੋਕ ਲੱਗੀ ਹੋਈ ਆ ਆਪਣੇ ਟਰੈਕਟਰ ਦੇ, ਤਾਂ ਕਰਕੇ ਆ ਲੀਵਰ ਲੱਗਿਆ ਹੋਇਆ। ਤੇ ਇਹ ਫੋਕ ਨੂੰ ਉੱਪਰ ਨੀਚੇ ਕਰਨ ਨੂੰ ਕੰਮ ਆਉਂਦਾ, ਤਾਂ ਕਿਉਂਕਿ ਆਪਾਂ ਇਹਦੇ ਨਾਲ ਜ਼ਿਆਦਾਤਰ ਹੇ ਪਾਉਣੀ ਹੁੰਦੀ ਆ ਡੇਅਰੀ ਦੇ ਵਿੱਚ, ਤਾਂ ਕਰਕੇ ਆਪਾਂ ਨੂੰ ਇਹ ਫੋਕ ਦੀ ਜ਼ਰੂਰਤ ਹੁੰਦੀ ਆ। ਤੇ ਜੇ ਸਟੀਅਰਿੰਗ ਦੀ ਗੱਲ ਕਰੀਏ, ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਜਿਵੇਂ ਵੀ ਤੁਸੀਂ ਚਾਹੁੰਦੇ ਆ, ਇਹਨੂੰ ਆਪਣੇ ਹਿਸਾਬ ਨਾਲ ਤੁਸੀਂ ਜਿੱਥੇ ਜੇ ਵੀ ਰੱਖਣਾ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਆ। ਬਾਕੀ ਇਹ ਟਰੈਕਟਰ ਏਸੀ ਟਰੈਕਟਰ ਆ ਤੇ ਇਹਦੇ ਵਿੱਚ ਰੇਡੀਓ ਸਿਸਟਮ ਹੈ ਨਹੀਂ, ਜਿਹੜਾ ਆਪਾਂ ਦੂਜੇ ਟਰੈਕਟਰ ਜੌਂਡੀਅਰ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਉਹਦਾ ਉਹ ਸਿਸਟਮ ਹੈ ਨਹੀਂ ਇਹਦੇ ਵਿੱਚ। ਤੇ ਆਪਾਂ ਹੁਣ ਇਹਨੂੰ ਚਲਾ ਕੇ ਦੇਖਦੇ ਆ ਕਿ ਇਹ ਟਰੈਕਟਰ ਕਿਵੇਂ ਆ। ਤੇ ਜਿਹੜਾ ਇਹ ਟਰੈਕਟਰ ਆ ਇਹਨੂੰ ਆਪਾਂ ਜਦੋਂ ਇੱਥੋਂ ਕਿਸੇ ਵੀ ਗੇਅਰ ਦੇ ਵਿੱਚ ਪਾਲਿਆ, ਜਦੋਂ ਆਪਾਂ ਇਹਨੂੰ ਇੱਥੋਂ ਕਿਸੇ ਵੀ ਗੇਅਰ ਦੇ ਵਿੱਚ ਪਾਲਿਆ, ਆਪਾਂ ਨੂੰ ਕਲੱਚ ਨੱਪਣ ਦੀ ਲੋੜ ਨੀਗੀ, ਆਪਾਂ ਨੂੰ ਜਮਾਂ ਵੀ ਕਲੱਚ ਨੱਪਣ ਦੀ ਲੋੜ ਨਹੀਂ ਆ। ਆਪਾਂ ਕੀ ਕਰਨਾ, ਸਿੰਪਲ ਇਹਨੂੰ ਅੱਗੇ ਨੂੰ ਕਰ ਦੇਣਾ, ਕੋਈ ਕਲੱਚ ਨੱਪਣ ਦੀ ਲੋੜ ਨਹੀਂ, ਟਰੈਕਟਰ ਤੁਰ ਪਿਆ, ਠੀਕ ਆ। ਤੇ ਜੇ ਆਪਾਂ ਇਹਨੂੰ ਬੈਕ ਤੋਰਨਾ, ਆਪਾਂ ਨੂੰ ਤਾਂ ਵੀ ਕਲੱਚ ਨੱਪਣ ਦੀ ਲੋੜ ਨਹੀਂ, ਆਈ ਤੁਰੇ ਜਾਂਦੇ ਨੂੰ ਇਹਨੂੰ ਆਪਾਂ ਬੈਕ ਕਰ ਸਕਦੇ ਹਾਂ। ਹੁਣ ਇਹ ਟਰੈਕਟਰ ਬੈਕ ਤੋਰਨ ਲੱਗ ਗਿਆ, ਆਪਾਂ ਇਹਦੇ ਮਗਰ ਸਲੈਸ਼ਰ ਪਾਇਆ ਹੋਇਆ ਜਿਹਨੂੰ ਆਪਾਂ ਰੀਪਰ ਕਹਿ ਦਿੰਦੇ ਹਾਂ ਇੰਡੀਆ ਦੇ ਵਿੱਚ। ਤੇ ਆਪਾਂ ਤੁਹਾਨੂੰ ਥੱਲੇ ਜਾ ਕੇ ਉਹ ਦਿਖਾਉਂਦੇ ਹਾਂ ਕਿ ਕਿੰਨੇ ਕੁ ਸਾਈਜ਼ ਦਾ ਰੀਪਰ ਆ, ਤੁਸੀਂ ਦੇਖਿਓ, ਕਿਉਂਕਿ ਹੁਣ ਆਪਾਂ ਝੋਨਾ ਵੱਢਿਆ ਤੇ ਆਪਾਂ ਨੂੰ ਰੀਪਰ ਦੀ ਜ਼ਰੂਰਤ ਆ, ਤਾਂ ਕਰਕੇ ਕਿਸਾਨ ਵੀਰੋ ਤੁਹਾਨੂੰ ਆਪਾਂ ਰੀਪਰ ਵੀ ਦਿਖਾਉਂਦੇ ਹਾਂ ਕਿ ਕਿੱਦਾਂ ਦਾ ਰੀਪਰ ਆਪਣੇ ਕੋਲ। ਸੋ ਜੇ ਆਪਾਂ ਇਹਦੇ ਰੀਪਰ ਦੀ ਗੱਲ ਕਰੀਏ ਤਾਂ ਤੁਸੀਂ ਚੈੱਕ ਕਰ ਸਕਦੇ ਹਾਂ ਕਿ ਇਹਦਾ ਰੀਪਰ ਦਾ ਜਿਹੜਾ ਸਾਈਜ਼ ਆ ਇਹ ਤਕਰੀਬਨ 8 ਫੁੱਟ ਦੇ ਕਰੀਬ ਆ, 8 ਫੁੱਟ ਥਾਂ ਇੱਕੋ ਵਾਰੀ ਲੈ ਕੇ ਜਾਂਦਾ। ਤੇ ਬਾਕੀ ਇਹਦੇ ਆਲੇ ਦੁਆਲੇ ਆਹ ਚੈਨਾਂ ਲੱਗੀਆਂ ਹੋਈਆਂ ਨੇ ਦੋਨੇ ਪਾਸੇ, ਅੱਗੇ ਵੀ ਤੇ ਪਿੱਛੇ ਵੀ। ਜੇ ਆਪਾਂ ਗੱਲ ਕਰੀਏ ਰੀਪਰ ਦੀ ਤਾਂ ਇਹਦੇ ਉੱਪਰ ਵੀ ਇੱਕ ਡੰਡਾ ਲੱਗਿਆ ਹੋਇਆ ਜਿਹਦੇ ਨਾਲ ਤੁਸੀਂ ਇਹਦੀ ਆਪ ਐਡਜਸਟਮੈਂਟ ਕਰ ਸਕਦੇ ਆ, ਜਿੰਨਾ ਕੁ ਤੁਸੀਂ ਡੂੰਘਾ ਲਾਉਣਾ ਉਸ ਹਿਸਾਬ ਨਾਲ ਤੁਸੀਂ ਇਹਨੂੰ ਲਾ ਸਕਦੇ ਆ।
अपा यह अज स्लैशर मार के आए जाने के रीपर आप फार्म के बच मार के आए क्यों क्योंकि आप जमें कि आप घा ही वीडियो के दस्या जी जी जो तुम नहीं देखी तो उपर आई बटन से क्लिक करके देख लियो कि जो आह घा दे सीटे निकल आ गावों घा नहीं खादिया गां कर के आप की करते हैं कट दें तो कि अगली बार इन वधिया घा हो सके अगली चारे जदों अगले वारी उस क्यारे बच गावे जाना तो करके आप उपरों इनू कट दें फिर दूजी वारी काफ़ी वधिया हो जाता गावं वधिया खादिया ने। आपां हुण इह स्लैशर नूं चला के देखदे आं ते आपां तुहानूं दिखाउणे आं कि किवें इह काम करदा। सो यह जो स्लैशर है इस तरीके विचाले ढेरी बना इस तरीके लैना बना दिता सारे कट के विचाले ही इस तरीके लैना बना के छड़ दिता यह। तो उम्मीद करदा कि थोनों यह साड़ी वीडियो वधिया लगी होगी ते जेकर तुसी हजे तक अपना जोंडियर वाला ट्रैक्टर ते जां आस्ट्रेलिया दे दूजे केस कंपनी दे ट्रैक्टर नहीं देखे तो तुसी आ वीडियो ते क्लिक करके देख सकते हैं। तो आपां थोड़े नाल मिलदे हां अगली वीडियो दे विच उन्ना टाइम तुसी अपनी दूजियां वीडियो देखियो।